ਭੈਣ ਮੌਲਵੀ ਜੀ ਹੋਣਾ ਸਰਕਾਰ ਦੀ ਬੇਟੀ ਪ੍ਰੋਫੈਸਰ ਡਾਕਟਰ ਸਲਮਾ ਸਾਹਿਬ ਸੀ ਗੁਜ਼ਾਰਿਸ਼ ਕਰ ਲਵਾਂ ਕਿ ਉਹ ਤਸ਼ਰੀਫ ਲਿਆਉਣ ਅਤੇ ਆਪਣਾ ਮਕਾਲਾ ਬੋਲਵਾਨ ਮੌਲਵੀ ਜੀ ਹੋਣਾ ਦੇ ਹਵਾਲੇ ਨਾਲ ਪੇਸ਼ ਕਰਨ ਕਿ ਉਹਨਾਂ ਦੀ ਹਿੰਦਕੋ ਜ਼ੁਬਾਨ ਅਦਬ ਸਕਾਫਤ ਦੇ ਹਵਾਲੇ ਨਾਲ ਕੀ ਖਿਦਮਤ ਆਈਆਂ। السلام عليكم ورحمة الله وبركاته نحمده ونصلي وسلم على رسوله الكريم أما بعد فأعوذ بالله من الشيطان الرجيم بسم الله الرحمن الرحيم معززين مندوبين جڑے آئین باہر دے ملکاں سی تے پورے پاکستان سی تے خاص کر جے سٹیج تے مہمانان گرامی بیٹھن ਅਤੇ ਸਾਰੇ ਮੇਰੇ ਉਹ ਮੌਲੀ ਜੀ ਉਹਨਾਂ ਨੂੰ ਜਾਣਨ ਵਾਲੇ ਪਿਸ਼ੋਰੀ ਜਿਨ੍ਹਾਂ ਦੀ ਮੇਰੇ ਦਿਲ 'ਚ ਬਹੁਤ ਕਦਰੋ ਕੀਮਤ ਏ ਮੈਂ ਉਹਨਾਂ ਨੂੰ ਖੁਸ਼ਾਮਦੀਦ ਕਹਿੰਦੀ ਹਾਂ ਅਤੇ ਖਾਸ ਕਰ ਮੁੰਤਜ਼ਮੀਨੇ ਹਿੰਦਕੋ ਆਲਮੀ ਕਾਨਫਰੰਸ ਨੂੰ ਬਹੁਤ ਬਹੁਤ ਮੈਂ ਤਹਿ ਦਿਲ ਸੇ ਸ਼ੁਕਰੀਆ ਅਦਾ ਕਰਨੀ ਹਾਂ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਮੁਹੱਈਆ ਕੀਤਾ ਹੈ ਕਿ ਇੱਕ ਤਾਂ ਮੈਂ ਆਪਣੇ ਦਿਲ ਦੀ ਗੱਲ ਕਰ ਸਕਾਂ ਦੂਸਰਾ ਮੈਂ ਉਹਨਾਂ ਲੋਕਾਂ ਨੂੰ ਸੁਣਾ ਜਿਹੜੇ ਕਿ ਬਹੁਤ ਹੀ ਸਾਡਾ ਕੀਮਤੀ ਅਸਾਸਾ ਹਿੰਦਕੋ ਜ਼ਬਾਨ ਦੇ ਇਤਬਾਰ ਨਾਲ ਸਾਨੂੰ ਪਏ ਦੇਣ ਇਹ ਬਹੁਤ ਵੱਡਾ ਕ੍ਰੈਡਿਟ ਜਾਂਦਾ ਇਸ ਹਿੰਦਕੋ ਅਕੈਡਮੀ ਨੂੰ ਅਤੇ ਇਨਸ਼ਾਅੱਲਾ ਜਿਸ ਤਰ੍ਹਾਂ ਕੱਲ੍ਹ ਇਜਾਜ਼ ਸਾਹਿਬ ਫਰਮਾ ਗਏ ਕਿ ਵਾ ਯਾਸੀਨ ਸ਼ਰੀਫ ਦੀ ਇਕਾਇਤ ਉਹਨਾਂ ਨੇ ਪੜ੍ਹੀਏ ਉਹ ਮੈਂ ਜ਼ਰੂਰ ਦੁਬਾਰਾ ਕੋਟ ਕਰ ਸਾਂ ਅਤੇ ਉਹ ਇਤਨੀ ਖੂਬਸੂਰਤ ਏ ਕਿ ਜਿਹੜੇ ਹਿੰਦਕੋ ਅਕੈਡਮੀ ਦੀ ਕਾਵਿਸ਼ ਏ ਉਸਨੂੰ ਬਿਆਨ ਕਰ ਦੀਏ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਕਦਮ ਭੇਜੇ ਅਸੀਂ ਭੇਜਣੇ ਹਾਂ ਅਸੀਂ ਆਪਣੇ ਜਿਹੜੇ ਅਮਲ ਕਰਨੇ ਹਾਂ ਉਹ ਅਗਲੀ ਦੁਨੀਆ ਅਸੇ ਵੀ ਭੇਜੇ ਜਾਂਦੇ ਨੇ ਅਤੇ ਉਸਦੇ ਉੱਤੇ ਇੱਕ ਹੋਰ ਗੱਲ ਖੂਬਸੂਰਤ ਅੱਗੇ ਜਿਹੜਾ ਕੁਰਾਨ ਫਰਮਾਉਂਦਾ ਆਸਾਰਹੁਮ ਉਹਨਾਂ ਦੇ ਨਿਸ਼ਾਨ ਬਾਕੀ ਸਭ ਰਹਿ ਜਾਂਦੇ ਨੇ ਵਫੀ ਕੁੱਲ ਸ਼ਾਇਨ ਅਹਸੈਨਾ ਫੀ ਇਮਾਮ ਮੁਬੀਨ ਉਹ ਇਸ ਤਰ੍ਹਾਂ ਦੀ ਇਸ ਦੁਨੀਆ ਦੀ ਹਸੀਨ ਕਿਤਾਬ ਵਿੱਚ ਲਿਖੇ ਜਾਂਦੇ ਨੇ ਕਿ ਜਿਨ੍ਹਾਂ ਦਾ ਤਸਕਰਾ ਵਾਰ ਵਾਰ ਹੁੰਦਾ ਅਤੇ ਇਹ ਮੁਬਾਰਕਬਾਦ